टोटे टोटे कर
मैं तेरे घर का चक्कर लावा तो छोटे छोटे कर दिया तू कहा तेरा अपना किथे का दिया मजदूर का देखो जे भी उंगला बुला उंगली है नहीं किसी भी ये नहीं कह सकता एक मिनट इतने खलो बी गल भला की है खानदानी सिंगर जो भी आया कुछ लैके गए ना ना करना मैं तुम दसा के जो पुत्र का पुत्र होना ना उदो भी मैं आकर लोहरी गानी है इधर आ भाई तुम पता के लोहरी गानी भिंडिया पकाऊ कभी तोरिया पकाऊ क्या मैंने पकाया दो लोरी देनी लोरी दे लाल नू मैं निके दे बाल नू लोरी दे लाल नू मैं निके दे बाल नू लोरी दे लाल नू मैं निके दे बाल नू दीदी 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 लोरी दे लाल नू मैं निके दे बाल नू लोरी दे लाल नू मैं निके दे बाल नू बाजी आदि वापस नहीं पिछले साल नू इस लोरी के पैसों के नाल तेन नकद होर इनाम छाती बार हाथ इतने रख उस्ताद लोरी दे बड़ी खुशी हो गुस्से व्याह नहीं आया सुल्तान ने क्या बाहर निकले बगैर तू स्मार्ट हो स्मार्ट हो सकनी है तू ना सवेरे सवेरे गुजरां दी मजा जानी है ना ठहर जा
ਚੰਗਾ ਨਹੀਂ ਉਹ ਕੀਤਾ ਅਕਰਮ ਤੂੰ ਚੰਗਾ ਚੰਗਾ ਨਹੀਂ ਉਹ ਕੀਤਾ ਬਸ ਕਰਦੇ ਅਕਰਮ ਬਸ ਕਰਦੇ ਬਸ ਕਰਦੇ ਪਹਿਲਾਂ ਤੇ ਓਵਰ ਮੇਰਾ ਬਸ ਕਰਦੇ ਅਕਰਮ ਬਸ ਕਰਦੇ ਬਸ ਕਰਦੇ ਮੈਂ ਬਿਰਿਆਨੀ ਖਾਣ ਦੇ ਅਕਰਮ ਤੂੰ ਮੇਰੇ ਨਾਲ ਚੰਗਾ ਨਹੀਂ ਹੋ ਕੀਤਾ ਅੱਛਾ ਓਏ ਮੇਰੇ ਪੁੱਤਰ ਤੇਰੇ ਹੱਥਾਂ 'ਚ ਪਲ ਕੇ ਜਵਾਨ ਹੋਏ ਤੇ ਕੱਲ ਮੇਰੇ ਪੁੱਤਰ ਦਾ ਵਿਆਹ ਹੋਇਆ ਤੂੰ ਵਿਆਹ 'ਚ ਨਹੀਂ ਆਇਆ ਮੈਂ ਤੇਰੇ ਨਾਲ ਨਾਰਾਜ਼ ਹਾਂ ਹੋ ਜਾ ਨਾਰਾਜ਼ ਤੂੰ ਕਿਹੜੀ ਮੇਰੀ ਸਾਲੀ ਐ ਦੁਕਾਨ ਖਾਲੀ ਕਰ ਜਿਹੜੀ ਮੈਂ ਤੈਨੂੰ ਕਿਰਾਏ ਤੇ ਦਿੱਤੀ ਹੈ ਤੂੰ ਮੇਰਾ ਕੁਛ ਨਹੀਂ ਲੱਗਦਾ ਉਹ ਨਿਕਲ ਜਾ ਮੇਰੇ ਪੁੱਤਰ ਨੂੰ ਬੜਾ ਵਿਆਹ 'ਚ ਕਿਉਂ ਨਹੀਂ ਆਇਆ ਬੜੀ ਖੁਸ਼ੀ ਹੋਈ ਤੇਰੇ ਪੁੱਤਰ ਦਾ ਵਿਆਹ ਹੋਇਆ ਸਲਾਮੀਆਂ ਦੇਣ ਦਾ ਮਾਰਾ ਆਇਆ ਨਹੀਂ ਤੂੰ ਮੈਨੇ ਸਲਾਮੀਆਂ ਦੇਣ ਦੀ ਗੱਲ ਨਹੀਂ ਸਲਾਮੀ ਤੇ ਹੁਣ ਵੀ ਦੇ ਦਿਆਂਗਾ ਉਹ ਮੈਂ ਦਾ ਚਲਾ ਗਿਆ ਸਾਂ ਪਿੱਛੇ ਸ਼ੇਖੂਪੁਰੇ ਸ਼ੇਖੂਪੁਰੇ ਚਲਾ ਗਿਆ ਤੂੰ ਵੀ ਨਹੀਂ ਵਿਆਹ ਤੇ ਆਈ ਨਹੀਂ ਇੰਨਾ ਗੰਦਾ ਪਕਾਇਆ ਸੀ ਉਹਨਾਂ ਨੇ ਬੇੜਾ ਕਰਦੇ ਵਿਆਹ ਤੇ ਨਾ ਕੇ ਜਾਣੀ ਤੂੰ ਬਦਤਮੀਜ਼ੀ ਕਰਦੀ ਪਈ ਏ ਤੇ ਕਰ ਲੈ ਪੁੱਤਰ ਦਾ ਵਿਆਹ ਮੈਂ ਕਹਿੰਦਾ ਵੀ ਅੱਜ ਖੁਸ਼ ਆ ਦੋਵੇਂ ਮੁੰਡੇ ਵਿਆਹ ਤੇ ਨੇ ਬਈ ਬੜੀ ਖੁਸ਼ੀ ਹੋਈ ਮੈਨੂੰ ਕਿ ਤੂੰ ਮੁੰਡੇ ਦਾ ਕਰ ਲਿਆ ਵਿਆਹ ਆ ਤੇ ਕੀ ਹਾਲ ਠੀਕ ਹੋ ਲਾ ਉਹ ਮੇਰੇ ਨਾਲ ਵੀ ਠੀਕ ਹੋ ਓਏ ਉਹਨੇ ਵੈਸੇ ਗੱਲ ਕੀਤੀ ਆ ਕਿ ਮੈਂ ਠੀਕ ਹੂੰ ਕੰਮ ਸ਼ਾਮ ਵਾਵਾ ਚੱਲਦਾ ਤੇਰਾ ਨਹੀਂ ਚਾਚਾ ਹਾਲੇ ਤੱਕ ਤੇ ਕੋਈ ਲੋਡ ਹੀ ਨਹੀਂ ਕਰਾਉਣ ਆਇਆ ਲੋਡ ਹੀ ਨਹੀਂ ਕਰਾਉਣ ਆਇਆ ਯਾਰ ਇਕੱਲੇ ਇਕੱਲੇ ਇੱਕੋ ਦਰਖਤ ਤੇ ਬਰਫ ਪੈਂਦੀ ਇਹ ਉੱਥੋਂ ਲੈ ਕੇ ਜਿੱਧਰ ਬਰਫ ਪੈਂਦੀ ਏ ਅੱਛਾ ਹਾਂ ਮੌਸਮ ਉਹਦਾ ਦੇਖ ਮੋਰਾਂ ਦਾ ਜੋੜਾ ਹਾਂ ਤੇ ਤੂੰ ਕਰ ਲਿਆ ਪੁੱਤਰ ਦਾ ਵਿਆਹ ਇਧਰ ਆ ਕਾਕੀ ਤੇ ਦੁਕਾਨ ਮੇਰੀ ਚੱਲੇ ਕਿਸ ਤਰ੍ਹਾਂ ਇਸ ਤਰ੍ਹਾਂ ਆ ਟੇਬਲ ਲਾਈਆਂ ਦੁਕਾਨਦਾਰ ਹੀ ਨਹੀਂ ਟੋਫੀ ਖਾ ਸਕਦਾ ਇਹ ਦੁਕਾਨ ਤੂੰ ਪੂਰਾ ਮਹੀਨਾ ਚਲਾਉਣੀ ਹੈ ਨਾ ਟੇਬਲ ਨਾ ਲਾਈਆਂ ਤਾਂ ਪਹਿਲੇ ਦਿਨ ਹੀ ਖਤਮ ਚੋਰੀ ਹੋਈ ਨਹੀਂ ਪਤਾ ਤੈਨੂੰ ਸ਼ਾਦੀ ਹੋ ਗਈ ਮੇਰੇ ਮੁੰਡੇ ਦੀ ਇਹਦਾ ਵਿਆਹ ਹੋਇਆ ਨਹੀਂ ਮੇਰਾ ਵਿਆਹ ਨਹੀਂ ਹੋਇਆ ਤੈਨੂੰ ਵਿਆਹ ਦੇ ਬਾਰੇ ਕੁਝ ਪਤਾ ਹੈ ਨਹੀਂ ਮੈਨੂੰ ਕੁਝ ਨਹੀਂ ਪਤਾ ਬੇੜਾ ਤਰਜੇ ਜਿੰਨਾ ਤੁਹਾਨੂੰ ਪਤਾ ਉਹਨਾਂ ਤੋਂ ਹੁਣ ਅੰਗਰੇਜ਼ਾਂ ਨੂੰ ਨਹੀਂ ਪਤਾ ਅੰਗਰੇਜ਼ ਤੁਹਾਨੂੰ ਟੈਲੀਫੋਨ ਕਰਕੇ ਕਹਿੰਦੇ ਹੁੰਦੇ ਇਹ ਕੋਈ ਨਵਾਂ ਤਰੀਕਾ ਆਇਆ ਤੇ ਸਾਨੂੰ ਵੀ ਦੱਸ ਦਿਓ ਨਹੀਂ ਪਤਾ ਮੈਨੂੰ ਨਹੀਂ ਪਤਾ ਮੈਨੂੰ ਤੇ ਪੁੱਤਰਾਂ ਦਾ ਵਿਆਹ ਕਰਕੇ ਬੜਾ ਸ਼ੋਭਾ ਹੋਣ ਡਿਆ ਵਿਆਹ ਕਰ ਦਿੱਤਾ ਇਹ ਕੀ ਹੈ ਇਹ ਕੀ ਹੈ ਉਹ ਬੇੜਾ ਤਾਜੇ ਹਲੇ ਤੇ ਮੈਂ ਕੱਲ ਨੋ ਵਿਆਹ ਕੇ ਲਿਆਂਦੀ ਤੇ ਅੱਜ ਮੰਦੀ ਬਾਹਰ ਕੱਢ ਦਿੱਤੀ ਉਹਨੇ ਉਹ ਕੀ ਹੋਇਆ ਕਾਕੀ ਉਹ ਪੁੱਤ ਕੀ ਹੈ ਇਹ ਕੀ ਅੱਲਾ ਖੈਰ ਇਹਨਾਂ ਨੂੰ ਮੈਂ ਆਪ ਨਹੀਂ ਪੜ ਲੈਣਾ ਇੱਕ ਮਿੰਟ ਸਬਰ ਕਰਦਾ ਹੈ ਉਹ ਲੱਖ ਕੀ ਲਾਉਣ ਦਾ ਤੁਹਾਡੇ ਤੇ ਓਏ ਮੈਂ ਕੱਲ ਆਪਣਾ ਮੁੰਡਾ ਵਿਆਹ ਕੇ ਲਿਆਂਦਾ ਕਰਮ ਵੇਖ ਕੀ ਨੇਰ ਖੁਦਾ ਦਾ ਅੱਜ ਉਹਨਾਂ ਨੇ ਮੇਰੀ ਬੱਚੀ ਬਾਹਰ ਕੱਢ ਦਿੱਤੀ ਉਹ ਮੈਂ ਹੁਣ ਬਾਹਰ ਸੋਵਾਂਗਾ ਸੌ ਜਾ ਇੱਥੇ ਕਿਹੜਾ ਰਾਤ ਨੂੰ ਸ਼ੇਰ ਆਉਂਦਾ ਤੇਰੇ ਮੈਂ ਸਦਕੇ ਜਾਵਾਂ ਵੀ ਅਕਰਮ ਸਦਕੇ ਉਹ ਤੂੰ ਮੇਰੇ ਵਾਲਾ ਜਾਂ ਮੇਰੇ ਪੁੱਤਰਾਂ ਵਾਲਾ ਉਹ ਮੈਂ ਤੇ ਕਹਿਣ ਦਿਆ ਕੱਲ ਵਿਆਹ ਹੋਇਆ ਅੱਜ ਕਿਉਂ ਦੀ ਮੰਜੀ ਬਾਹਰ ਕੱਢ ਦਿੱਤੀ ਏ ਉਹ ਕਰੀਮ ਦੌਰ ਹੀ ਐਸਾ ਆ ਗਿਆ ਬੱਚੇ ਹੁਣ ਕਿੱਥੇ ਮੰਨਦੇ ਹਾਂ ਆਪਣੀ ਮਨਾਉਂਦੇ ਆ ਬੱਚੇ ਸ਼ੁਕਰ ਕਰ ਖੁਦਾ ਦਾ ਕਿ ਫਿਰ ਵੀ ਤੇਰੀ ਮੰਜੀ ਬਾਹਰ ਕੱਢੀ ਆ ਆ ਪਿਛਲੀ ਗਲੀ 'ਚ ਪੁੱਤਰ ਨੇ ਪਿਓ ਦੀਆਂ ਆਂਦਰਾਂ ਕੱਢਦੀਆਂ ਇੱਕ ਵਾਰੀ ਤੇ ਲੱਗ ਸੀ ਨਾ ਸਜਣਾ ਤੈਨੂੰ ਨਸ਼ਾ ਰਵੇਗਾ ਕਈ ਸਾਲ ਸਜਣਾ ਇੱਕ ਵਾਰੀ ਤੇ ਲੱਗ ਸੀ ਨਾ ਸਜਣਾ ਤੈਨੂੰ ਨਸ਼ਾ ਰਵੇਗਾ ਕਈ ਨਸ਼ਾ ਰਵੇਗਾ ਕਈ ਸਾਲ ਏਡੀ ਤੂੰ ਪਿੰਡੇ ਦੇ ਫਰੀ ਮਲ ਕੇ ਫਿਰਨੀ ਹੈ ਇੱਕ ਸਹੀ ਅੰਦਰੋਂ ਇੰਜੀ ਹੁੰਦੀਆਂ ਜਿਵੇਂ ਸਾਹੀਵਾਲ ਚਲਸੇ ਤੇ ਆਈਆਂ ਇੱਕ ਵਾਰ ਤੇ 5 ਮਿੰਟ ਬਾਅਦ ਇੱਕ ਦਿਲ ਤੇਰੇ ਦੀ ਦਿਲ ਤੇਰੇ ਦੀ ਉਹ ਮੈਂ ਕਿਹਾ ਬਜ਼ੁਰਗੋ ਕੁਛ ਹੋਰ ਨਹੀਂ ਆਪਣੀ ਉਮਰ ਦਾ ਤੇ ਖਿਆਲ ਕਰ ਲਵੋ ਉਮਰ ਦਾ ਕੀ ਖਿਆਲ ਹੈ ਕੱਲ ਮੈਂ ਤੈਨੂੰ ਵਿਆਹ ਕੇ ਲਿਆਂਦਾ ਅੱਜ ਤੂੰ ਸਾਰੇ ਦੀ ਮੰਜੀ ਬਾਹਰ ਕੱਢ ਦਿੱਤੀ ਏ ਵਿਆਹ ਕੇ ਲਿਆਂਦਾ ਕਿਹੜਾ ਸ਼ਰਮਿੰਦਾ ਹੈ ਆਸਾਨ ਨਹੀਂ ਕੀਤਾ ਹੈਗਾ ਤੁਹਾਡੇ ਨਾਲ ਤਾਂ ਕੋਈ ਰਿਸ਼ਤਾ ਲੈਂਦਾ ਹੀ ਨਹੀਂ ਸੀ ਬੇੜਾ ਦਾ ਮੈਂ ਰਿਸ਼ਤਾ ਹੀ ਲੈਂਦਾ ਸੀ ਤੇਰੇ ਨਿਕੰਮੇ ਮੁੰਡੇ ਦਾ ਮੇਰਾ ਵਿਆਹ ਕਰਦੇ ਤੂੰ ਨਿਕੰਮਾ ਮੁੰਡਾ ਗੱਲ ਨਹੀਂ ਮੇਰਾ ਸੌ ਜਾਂਦਾ ਰਾਤ ਉਸ ਕੰਮਾ ਉਸ ਨੋ ਨੂੰ ਗੱਲਾਂ ਕਰਨ ਦੇ ਹਾਂ ਜਿਹੜੀ ਇਹ ਸਟੈਪ ਐਡਾ ਸੋਹਣਾ ਲਾਉਂਦੀ ਹੈ ਨਾਲ ਹੀ ਤੇਰੀ ਰਿਪੋਰਟ ਆ ਗਈ ਵੀ ਇਸ
ਅੱਛਾ ਲੰਦੀ ਏ ਹਾਏ ਮੈਨੂੰ ਚੱਕਰ ਆ ਗਏ ਉਹ ਮੇਰਾ ਕਰ ਲਿਆ ਉਹ ਦੋ ਮੈਂਬਰੀ ਹੋ ਗਈ ਸਾਡੇ ਨਾਲ ਉਹ ਕੁੜੀ ਪਹਿਲੇ ਚੱਕਰ ਆਉਂਦੇ ਨੇ ਉਹ ਬਲਾਉ ਮੇਰੇ ਨੂੰ ਦੇ ਉਹ ਉਹ ਧੋਖਾ ਹੋ ਗਿਆ ਦੋ ਨੂੰ ਮਾਰ ਉਹ ਕੀ ਏ ਕੋ ਚੱਕਰ ਆਉਂਦੇ ਓਏ ਹੋਰ ਚੱਕਰ ਨੇ ਹਿੰਦੂਆਂ ਦੀਆਂ ਮਠਿਆਈਆਂ ਬਣਾਉਣ ਵਾਲਿਆ अपनी बुढ़ी के कपड़े पाके फिर मैं खैर कहना सारे वाकफ बन लेने मैं सौ दे कल देंगे मैं 200 ले अज ही दे भाई शादी हो सोचेगी और भाई जी अपने तगड़ी ना कुड़ी ना व्याह कर ली ये तेरे को खोल नहीं किसी ने 20 किलो गोश्त नहीं तेरे च ਤੇ ਤੁਸੀਂ ਗੋਸ਼ਤ ਲੈਂਦੇ ਹੋ ਤੁਸੀਂ ਅੱਜ ਟਕਾ ਟਕ ਖਾ ਲਓ ਟਕਾ ਟਕ ਦੀ ਗੋਸ਼ਤ ਹੁੰਦਾ ਪਲਾਸਟਿਕ ਹੁੰਦਾ ਨਹੀਂ ਚੈਨਾ ਸ਼ੇਰ ਦਾ ਬੱਚਾ ਸ਼ੇਰ ਦਾ ਨਹੀਂ ਮੈਂ ਬੱਚਾ ਸ਼ੇਰ ਦਾ ਸਦੀਕ ਰਹਿਣ ਵਾਲੇ ਦਾ ਬੱਚਾ ਹੀ ਅਫੀਨਾ ਬਾਥਰੂਮ ਬੈਠੋ ਤੇ ਜਿੰਨ ਆ ਗਏ ਜਿੰਨ ਨੂੰ ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ ਕਹਿੰਦਾ ਮੈਨੂੰ ਧੋ ਦੇ ਐ ਸਾਲਾ ਬਾਥਰੂਮ ਬੈ ਕੇ ਪਾਨ ਖਾਣ ਦੇ ਮੈਂ ਕਿਹਾ ਤੈਨੂੰ ਬੋਲ ਨਹੀਂ ਆਉਂਦੀ ਕਹਿੰਦਾ ਨਹੀਂ ਖੁਸ਼ਬੂ ਵਾਲਾ ਖਾਣ ਦੇ ਆ ਹੈ ਕਹਿੰਦਾ अपनी फेसबुक पर फौरन ही मैसेज आ गया तेरे फेस से भी लाना तेरी बुक से भी लाना सारे इन मैं तू फेसबुक चला लेगा चला तू मैं पिछे पाई ਫੋਟੋ
ਕੁੱਤੀ ਸਾਡੇ ਵਾਲੇ ਸਾਹਿਬ ਅੱਬਾ ਜੀ ਏਡੀ ਸੋਹਣੀ ਕੁੱਤੀ ਅੱਛਾ ਮੈਂ ਕਿਹਾ ਕੁੱਤੀਏ ਮੈਂ ਰਹਿ ਗਿਆ ਤੇਰੇ ਤੇ ਅੱਛਾ ਉਹ ਪੈ ਗਈ ਮੇਰੇ ਤੇ ਆ ਮੈਂ ਕਿਹਾ ਇੱਥੇ ਖਲੋ ਕੁੱਤੇ ਪਿਆ ਬੱਚੇ ਹੋ ਮੈਂ ਆਪਣੇ ਕੁੱਤੇ ਲੈ ਕੇ ਆਉਣਾ ਆਓ तेन हया ना आई प्यो है साडा किथे मंजी बाहर छोटे तू पछतो की वेखनी पछतो वाला समान तो तेरे कोला अच्छा एक मिनट गौर मैं देख ला लगता माल गड्डी च खोते वेख रहे आराम दा पता लग गया ना वैसे भी ये वाहिद बंदा जरा साडे च शेर है आ पिछले हफ्ते दी पूछन कटवाई क्यों ए घड़ी मुड़ी मुंह च बंद है सारे खानदान नु पित निकल आई पुठा चला बाहर आप इन्हें कपड़े नहीं पाए बाहर आके गल कर मेरे शेरा नाल सारी दुनिया ही सलाब आ जावे अच्छा ऐ नहीं जे डूब सकदा ये नहीं ना सांझ पानी बढ़ेगा तो डूबेगा है ही नहीं है ना ही कोई शेव करान गया उन्हें फुहारा मारा पिछली कहने नहीं बचा जाके सारा अच्छा यहो जा बंदा ईद वाले दिन मर के ना सारे टब्बर दी ईद खराब कर देना सालिया घंटा बाद च मर जा उन्हें सेवियां खा लेंदे तेरी कब्र मली चली जा बाप दा दे दफ्तर गया तेरा वाला पाता बत्ती दियो बत्ती उन्होंने फिर बना के दित्ती इहो जिहा पिंड च नाई हुंदा देख पका के दूर खलो जांदा पता नहीं किहो जी पक्की आ सालिया चख के जा डॉक्टर नूं जाके मेरी अम्मी नहीं ठीक हो कहिंदा मैं दो साल तों इहो कहण डिया और वेखो अगो चुप आ कल सवेरे सवा सत बजे लेडी विलिंगटन हस्पताल पहुंच जाना सही नहीं जमे तो चक्कर और लाउणा दो मंजियां मंजी सानू दियो असीं बड़ी मुश्किल तों हुंदे आ बस मैं फैसला कर दिता दो मंजियां ना एक मंजी ते तू ते तेरा भरा सोणगा दूजी मंजी ते मेरियां दोनों नौवां सोणगियां अब्बा मंजी दे ना दे साडी तरतीब ना खराब कर तेरी मेहरबानी बुला अपनी जनानी नूं ओ ना बुलाई ने मेरे आली बैठी आ
ਸਾਬਣ ਹੈਗਾ ਹੱਥ ਧੋ ਕੇ ਨਾ ਅੱਧਾ ਕਿਲੋ ਚੀਨੀ ਦੇ ਆਪਣਾ ਮੂੰਹ ਵੇਖ ਲਈ ਕੱਪੜੇ ਧੋਣ ਵਾਲਾ ਸਾਬਣ ਹੁੰਦਾ अपना मुंह वे अपना मुंह वे जिवें चंबल बनाउणा दी दवाई हुंदी है जनानी होनी है जी उतो आई जो फिर हल्की जी उतू आई गली जी कुत्ता मरे थे कालू को नक फड़ के लंघ रहा कुत्ता उठ के बैठ के साले तेरी बोल तो मैं मरे सारी गल वही साले तू पले पाया अफीना करना जराबा चढ़ा के ना ले लग वो जनाबा छोटिया चढ़ा लोग कुत्ता कुत्ता रहने लग पे ना 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 खाली कुत्ता नहीं फिर ना कुत्ता मुझे ठंडी ठंडी कोल्ड ड्रिंक तो पिला दे ठंडिया चीजा ना खा और इनको गर्म चीज खा जा चूल्हे को बैठा जाके अब्बा कैसा अंकल सरगे मर गए ना ना उन डांटा कर अगले साल कोई मेरा पोता पोती ना ना होया तुसी इतो चुल्ली पिसा चोके निकलो चल अंदर समनाबाद का गोल चक्कर की चक्कर कौन सी पता नहीं जी गोल चक्कर लगता फिर काका तारफ नहीं कराया चाचा जी एक लड़की दुशीदा जिद मैं बहुत आप कैसे ठीक ठाक ए अपनी बीवी ने कहना चाहिए मूं तो चली जाए वो अनपढ़ कहती मैं तो कपड़े धोन लगी तू अपनी बाइन ला जा मेरी भैन ने गाना गाया मुझे रंग दे सारा मैं लगा हो गया वो क्यों दोतली सी सारी चाचा जी फरिश्ता सराने वाले पास जान कटदा मंजी को दोवे पास पैना पवा लिया एक भैन का विह कर दिता दूजी दौड़ गई मैं ये कहना कभी खुशी कभी गम अफिन दिन तीनों भैन दौड़ गई मैं कह क्या दूम थ्री पापा ने कुछ का विह भी नहीं छे बजे मैं कह क्या अच्छू का खराब नहीं चाचा सारे तो चंगा चाचा पीसी होटल गया उन्होंने कहा सर कमरा चाहिए कहना नहीं जी तुम्हारी छत मेरा कबूतर आया वो इन कमरे के ले जाकर उन्होंने कबूतर बनाया चाचे ने रौला पाता आ मेरा चिट्टे रंग का सी तुम मैं काला बना रहे हो मोटरसाइकिल जा रहा गई पुलिस वाले ने हाथ दिता नहीं रुके उन्होंने घेरा पा के फड़ लिया कहते काका तेन हाथ दिता तू रुकया नहीं कहना पिछे एक बंद ने बांह दी मैं रुकया नहीं है दस कब्रस्तान बैठा चरस बना रहा एक पुलिस वाले ने देखा उन्हें कहा कि कर रहे हैं कहना जी मैं आपा जी की कबर से दुआ मांग रहा उन्होंने गौर ने देखा उन्हें कि कबर बच्चे की है अगो चाचा शर्मिंदा नहीं होया कहना बचपन ची फौत हो गए सन बस का माहौल है इस तो अच्छा इतने नहीं होना चाचा जी जा रहा मैं मेनू सिर्फ लड़की चाहिए मैं शक के मुंडे मैं नाल की गली चाचा जी बेटा जी चाचा जी और जी
ਇੱਥੇ ਹੁਣ ਮੈਂ ਮਾਜੂ ਨੂੰ ਲਿਆਉਣਾ ਤੇ ਮੈਂ ਸਾਰਾ ਦੁਕਾਨਾਂ ਵੀ ਖਾਲੀ ਕਰਾਉਣਾ ਤੇ ਛਿੱਤਰ ਮਰਾਉਣਾ ਆਪਣੇ ਮੁੰਡਿਆਂ ਨੂੰ ਪਤਾ ਲੱਗਿਆ ਪਿਓ ਕੀ ਹੁੰਦਾ। We
ਮੇਰੀ ਜਾਨ ਤੇ ਬੜੀ ਤੈਨੂੰ ਪਿਆਰੇ ਬਾਈ ਆ ਬਾਹਰ ਨਿਕਲਾ ਮੇਰੀ ਅੰਮੀ ਕਹਿ ਰਹੀ ਸਾਡੇ ਭਾਂਡੇ ਵਾਪਸ ਕਰੋ ਜਾਦੂ ਹਾਂਜੀ ਤੁਸੀਂ ਬਦਮਾਸ਼ ਹੋ ਅੰਨੀ ਜੀ ਇਹਦੇ ਮਾਂ ਕੇ ਕੌਣ ਬਦਮਾਸ਼ ਹੁੰਦਾ ਜੀ ਉਹਨੇ ਕਿਹਾ ਬਦਮਾਸ਼ੀ ਕਰ ਤੋ ਪਹਿਲੇ ਮੇਰੇ ਭਾਂਡੇ ਲੈ ਕੇ ਆਇਆ ਤੂੰ ਕੋ ਸਾਲਣ ਮੰਗਦਾ ਤੂੰ ਮੇਰੇ ਪਿੱਛੇ ਕੀ ਲੈ ਰਹੀ ਹੈ ਜਾਨ ਮੈਂ ਤੇਰੇ ਨਾਲ ਪਿਆਰ ਕਰਨੀ ਹੈ ਤੇਰੇ ਪਿੱਛੇ 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 ਰਹਿਣਾ ਮੈਂ ਕੀ ਕਰਨੀ ਮੇਰੇ ਨਾਲ ਪਿਆਰ ਤੇਰਾ ਵੱਡਾ ਮੁੰਡਾ ਮੈਂ ਨਿਕਲ ਜਾ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਨਹੀਂ ਓਏ ਅਸੀਂ ਬਦਮਾਸ਼ ਲੋਕ ਆ ਸਾਡੀ ਜ਼ਿੰਦਗੀ ਸਿਰਫ ਕਚਹਿਰੀ ਜੇਲ੍ਹ ਤੇ ਥਾਣਾ ਹੈ ਓਏ ਅਸੀਂ ਤੇ ਉਹ ਬਦਮਾਸ਼ ਆ ਕਿਸੇ ਵੀ ਚੌਂਕ ਦੇ ਵਿੱਚ ਗੋਲੀ ਖਾ ਕੇ ਤੇ ਖਾਰਿਸ਼ ਵਾਲੇ ਕੁੱਤੇ ਵਾਂਗੂ ਪਏ ਹੁੰਦੇ ਆ ਅਸੀਂ ਤੂੰ ਸੋਹਣੀ ਹੈ ਜਵਾਨ ਹੈ ਕੋਈ ਸੋਹਣਾ ਜਿਹਾ ਮੁੰਡਾ ਵੇਖ ਕੇ ਸ਼ਾਦੀ ਕਰ ਆਪਣੀ ਜ਼ਿੰਦਗੀ ਬਸਰ ਕਰ ਮੇਰੇ ਪਿੱਛੇ ਕੀ ਲੈਣ ਆ ਗਈ ਹੈ ਓਏ ਮੇਰੀ ਜ਼ਿੰਦਗੀ ਸਵਾਇਲ ਕਰਨੇ ਅੱਜ ਕੁਛ ਨਹੀਂ ਹੈਗਾ ਤੇਰੀ ਇੱਕ ਜ਼ਿੰਦਗੀ ਹੈ ਕਿੱਥੇ ਇੰਨਾ ਵਜ਼ਨ ਚੁੱਕ ਕੇ ਮੇਰੇ ਪਿੱਛੇ ਫਿਰਦੀ ਰਹੇ ਭਾਈ ਜੀ ਜਿਹੜਾ ਜ਼ਿੰਦਗੀ ਦਾ ਵਜ਼ਨ ਹੁੰਦਾ ਹੈ ਜਿੱਧਰ ਤੁਹਾਡਾ ਧਿਆਨ ਹੈ ਉਹ ਨਹੀਂ ਜ਼ਿੰਦਗੀ ਵੀ ਇੱਕ ਵਜ਼ਨ ਹੁੰਦਾ ਨਿਕਲ ਜਾ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਨਹੀਂ ਮੈਂ ਵਿਆਹ ਵੀ ਤੇਰੇ ਨਾਲ ਕਰਨਾ ਹੈ ਮੈਂ ਜੀਣਾ ਵੀ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਤੇ ਬਸ ਠੀਕ ਹੈ ਫਿਰ ਮੇਰੇ ਨਾਲ ਇੱਕ ਕੁੜਤਾ ਸਵਾ ਕੇ ਤੇ ਤੁਰ ਪੈ ਤੇ ਜਿੱਥੇ ਗੋਲੀ ਚੱਲੀ ਦੌੜੀ ਨਾ ਨਹੀਂ ਨਹੀਂ ਜੇ ਮੇਰਾ ਬੰਦਾ ਬਦਮਾਸ਼ ਹੈ ਤੇ ਮੈਂ ਵੀ ਪਹਿਲੇ ਸੁਣ ਤੇ ਲੈ ਨਾ ਦੌੜੀ ਨਾ ਹਾਂ ਮੇਰਾ ਕੋਈ ਪਤਾ ਨਹੀਂ ਹੋਏਗਾ ਕਿਉਂਕਿ ਪੁਲਿਸ ਦੇ ਅੱਗੇ ਕੋਈ ਭਲਵਾਨ ਨਹੀਂ ਹੁੰਦਾ ਪਹਿਲਾ ਕੁਲੀਆ ਸ਼ਗਿਰਦਾ ਹੈ ਵੇ ਕਿ ਪੁਲਿਸ ਵੇਖ ਕੇ ਦਾਇ ਪਾਏ ਹੋ ਜਾ ਠੀਕ ਹੈ ਜੇ ਤੁਹਾਡੀ ਜੇਬ 'ਚ ਪੈਸੇ ਨੇ ਫਿਰ ਉਹਨਾਂ ਦੇ ਸਾਹਮਣੇ ਹੋ ਜਾਓ ਓਕੇ ਗੱਲ ਹੁਣ ਬਦਮਾਸ਼ ਬਣ ਲਈ ਹਾਂਜੀ ਤੇ ਜਾ ਕੇ ਕਹਿ ਕੇ ਆ ਟੈਕਸ ਦਿਓ ਓਏ ਇੱਕ ਮਿੰਟ ਹਾਂ ਵਾਪਸ ਆ ਯੈਸ ਅੱਛਾ ਇਹ ਅਸੀਂ ਇੰਜ ਕਰਨਾ ਹੁੰਦਾ ਹੈ ਅੱਛਾ ਤੂੰ ਈਜ਼ੀ ਜਾ ਉਹ ਸਮਝ ਜਾਣ ਕੇ ਕਿ ਭਲਵਾਨ ਤੜੀ ਲਾ ਰਿਹਾ ਉਹ ਇਸੇ ਚੀਜ਼ ਨੂੰ ਵਾਚ ਕਰ ਰਹੇ ਨੇ ਤੇ ਤੂੰ ਨਾ ਕੁਛ ਐਕਸਟਰਾ ਕਰ ਤੂੰ ਇਹ ਨਹੀਂ ਜਾਏਂਗੇ ਉਹਨਾਂ ਨੂੰ ਪਤਾ ਲੱਗ ਰਿਹਾ ਹੋਏਗਾ ਕਿ ਭਲਵਾਨ ਭਲਵਾਨੀ ਕਰ ਰਿਹਾ ਗੋ ਥੋੜਾ ਚੱਲ ਟੈਕਸ ਕੱਟ ਇੰਜ ਟੈਕਸ ਲੈਗੀ ਤੇ ਤੈਨੂੰ ਟੈਕਸ ਅਗਲੇ ਇੰਜ ਦੇਣਾ ਇੰਜ ਬਦਮਾਸ਼ੀ ਨਹੀਂ ਹੁੰਦੀ ਇੰਜ ਅਗਲੇ ਦੀ ਅੱਖਾਂ ਚ ਅੱਖਾਂ ਪਾ ਕੇ ਕਹਿ ਟੈਕਸ ਕੱਟ ਓਏ ਟੈਕਸ ਕੱਟ ਓਏ ਅਗਲੇ ਦੀ ਅੱਖਾਂ ਚ ਨਾ ਪਾਈ ਉਹਦਾ ਨਾੜਾ ਪਹਿਲੇ ਲੰਮ ਕੱਟੇ ਆ ਭਈਆ ਮਾਕੀ ਜੀ ਵੈਸੇ ਡਰਾਮੇ ਕੀ ਬਾਤ ਹੈ ਵੈਸੇ ਆਪਕਾ ਲਮਕ ਨਹੀਂਗਾ ਇਹ ਡਰਾਮੇ ਕੀ ਲਾਇਨ ਹੈ ਵੈਸੇ ਕਰ ਲਓ ਉੱਥੇ ਸਿਗਨਲ 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 ਆਦੀ ਉਹਨੇ ਤੇ ਕੋਈ ਨਹੀਂ ਰੋਕਦਾ
ਉਂਝ ਵੀ ਨਹੀਂ ਰੁਕਦੇ ਛੱਡ ਤੂੰ मैं तो कहना पहले तुम अंदर आके टेस्ट लवो फिर जो टैक्स बनेगा दे देंगे कभी तू अपना मुंह वेखे दूरों इंज ही लगता जिम्मे चौबी घंटे तू हेलमेट पाया नक ही नहीं मूह जहा भारी एडा वड्डा अंब सी नहीं सी मेरे को इन्ने पैसे मैं कहा चल उंज कट के मैं दे गंदियां फिल्मां दी सीडी लैके जा रहा गंदियां फिल्मां पुलिस ने फाड़ा ना कोई की है घबरा गया कहता भाजी उन्हें सचना मेरी भैन की ना शादी की फिल्म है उन्होंने लाई तो गंदी फिल्म तो कहने की तो कहता ओ बाबा अपना तुम तेल मेहंदी नहीं लाओ ना तेल मेहंदी वाली कहड़ी होंगी चमन चे मेरी गल सुनो टैक्स कट हाँ जी किन्ने पैसे दे दे किन्ने है ही नहीं जो हिसाब ते रंडे हो पुछो हेलो दादा हेलो 300 रुपए 300 ही थानू 400 पूरा दे ओ मैं साडी लड़ाई हुंदी 200 कर रहा हूं मैं 150 कर लो सारे नहीं 200 वड्डा भरा नहीं दादा हेलो हाथे फड़ावा या अंदर जाके आप रखवा हेलो हेलो जानू भगवान मेनू फड़ा दे तेरी ते अगे जेबा फुल ने जो टैक्स दे दिया सही दसे ना कहते लिया हाँ
100 ਰੁਪਏ ਟੈਕਸੀ ਦੇ ਲੋ 100 ਰੁਪਏ ਦਿੱਤੇ ਮੈਂ 90 ਰੁਪਏ ਮੈਨੂੰ ਮੈਂ ਟੋਟਲ 20 ਰੁਪਏ ਕਮਾਏ ਨੇ ਤੇ ਮੈਂ ਤੁਹਾਨੂੰ 50% ਦੇਣਾ 20 ਰੁਪਏ ਤੂੰ ਕਿਹੜੇ ਦੌਰ ਚ ਕਮਾ ਰਿਹਾ ਕਿਸ ਕਿਸਮ ਦਾ ਤੇਰਾ ਕਰੀਏ ਮੈਂ ਕੰਮ ਦੇ ਨਹੀਂ ਗਿਆ ਮੈਂ ਕੀ ਕਿਉਂ ਦੇ ਰਿਹਾ ਉਹ ਮੇਰੀ ਗੱਲ ਬਗਾਰਤ ਜ਼ੁਲਮ ਹੈ ਕਿ 20 ਰੁਪਏ ਕਮਾਏ ਨੇ 10 ਦਿਨ ਦਿਓ ਕੀ ਆ ਉਹ ਚਾਚਾ ਅੱਲਾ ਫਰਦਾ ਬੋਲ
ਕੁਝ ਕਰ ਲਵੇ ਚੱਲ ਠੀਕ ਹੈ ਜਾ ਸਾਹ ਲੈ ਜਾ ਕੇ ਠੀਕ ਆ ਸਲਾਮ ਅਲੈਕਮ ਕੀ ਹਾਲ ਬਾਜੀ ਠੀਕ ਹੋ
वालेकुम सलाम जनाब। की हाल है? ठीक है जनाब। अरशद साहब फिट 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 फिट। अच्छा अच्छा अच्छा, ओ तोड़ रकम पे गया। ऑर्डर करो। ए कौन है तेरा भरा? मेरी बीवी है खान साहब, मत वजी तोड़ी। ओ जान दे, तेरे को साइकिल किराए तेरी देना, तेरी बीवी किने देता है यार? यार मेरी बीवी ब्याह है। तेरा बीवी है मेरी? ओ तू साल लवे नाल, तेरे को तरी नहीं देता, तेरी बीवी किने देता है? ओ तू चप्पल लवे नाल, तेरे को बदर नहीं देता, तेरे को किने बीवी देता है? ओ तू रच जांदा वे, तेरे को उंगल नहीं फड़ांदा, तेरे को बीवी किने देता है? ओएगा तू पठाने चुकता सारिया मान लो नहीं करने। कोई गल नहीं, कोई गल नहीं, कोई गल। ए तेरा भरा है? बीवी है? नहीं मुंडा है। ओ कुड़ी है? ओ मुंडा है। यार देख के सही। ओ यार मुंडा है? मुंडा है। किधर? ठोर 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 के वहां। अच्छा सो पाजी मुंडा नहीं? ਪਠਾਣਾ ਜੁਗਤਾ ਕਰ ਰਿਹਾ ਬਹੁਤ। ਸਿੱਧਾ ਕਾਈ ਸਾਹਿਬ ਕਰੀਮ ਨੂੰ ਮਿਲਣਾ, ਕਰੀਮ ਨੂੰ ਮਿਲਣਾ, ਉਸ ਮੈਨੂੰ ਮਿਲਣਾ, ਇਮਤਿਆਜ਼ ਦੂਲੇ ਦੇ ਪੁੱਤਰ ਨੂੰ ਮਿਲਣਾ। ਉਹ ਸਾਨੂੰ ਪਿਓ ਦਾ ਨਹੀਂ ਪਤਾ, ਪੁੱਤਰ ਰਹਿੰਦਾ ਤੇ ਕਰੀਮ ਕਿੱਥੇ ਬਲਾ? ਕਰੀਮ ਨੂੰ ਬਲਾ, ਕਰੀਮ ਨੂੰ। ਇੱਕ ਪਠਾਣ ਫੋਟੋਗ੍ਰਾਫਰ ਦੀ ਦੁਕਾਨ ਜਾ ਕਹਿੰਦਾ, ਹਮਾਰਾ ਪਾਸਪੋਰਟ ਸਾਈਜ਼ ਕਾ ਫੋਟੋ ਖਿੱਚੋ ਔਰ ਹਮਾਰਾ ਪਿਸ਼ਾਵਰੀ ਚੱਪਲ ਬੀਚ ਮੇ ਆਣਾ ਚਾਹੀਏ। ਉਹ ਕਿਸ ਤਰ੍ਹਾਂ ਆ ਸਕਦਾ ਖਾਨ ਸਾਹਿਬ? ਓ ਚੱਲ ਯਾਰ ਪੁੱਠਾ ਗੱਲ ਕਰ। ਪਠਾਣ ਭਰਾ ਆਪਣੇ ਵਾਸਤੇ ਜ਼ਿੰਦਗੀ 'ਚ ਕੋਈ ਚੰਗਾ ਸੂਟ ਨਹੀਂ ਸਵਾਉਂਦੇ, ਸਾਈਕਲ ਨੂੰ 2600 ਦੇ ਸ਼ੀਸ਼ੇ ਲਵਾ ਲੈਂਦੇ। ਇੱਕ ਪਠਾਣ ਸੱਤਲ ਪਿਆ, ਡ੍ਰਿਪ ਲੱਗੀ, ਡ੍ਰਿਪ ਮੁਕੀ, ਦੂਜੇ ਪਠਾਣ ਨੂੰ ਕਹਿੰਦਾ ਸਿਸਟਰ ਕੋ ਬੁਲਾਓ ਤੇ ਉਹ ਪਿਸ਼ੌਰ ਚਲਾ ਕੇ ਲੈਣ। ਯਾਰ ਦੇਖੋ ਕੈਸਾ ਗੱਲ ਕਰਦਾ, ਕੈਸਾ ਗੱਲ ਕਰਦਾ ਪਿਆ। ਇੱਕ ਦੁਸ਼ਮਣ ਦਾ ਤਲਾਸ਼ ਦਾ ਇੱਕ ਪਠਾਣ ਮੈਂ ਵੀ ਤੁਹਾਨੂੰ ਲਤੀਫਾ ਸੁਣਾਵਾਂਗਾ। ਅੱਛਾ ਮੈਂ ਵੀ ਪੰਜਾਬੀ ਸਿੱਖ ਗਿਆ ਨਾ ਹੁਣ, ਹੋਰ ਤੇ ਕਾਫੀ ਦੇਰ ਹੋਈ। ਹਾਂ ਕਾਫੀ ਦੇਰ ਹੋ ਗਿਆ। ਇੱਕ ਪਠਾਣ ਇੱਕ ਘਰ ਦੇ ਅੰਦਰ ਵੜਿਆ। ਫਿਰ ਕਿਹਾ? ਫਿਰ ਤੁਸੀਂ ਦੋਵੇਂ ਪੈਦਾ ਹੋਏ। ਕਰੀਮ ਨੂੰ, ਇਮਤਿਆਜ਼ ਦੂਲੇ ਦੇ ਪੁੱਤਰ ਨੂੰ। ਇਮਤਿਆਜ਼ ਦੂਲੇ ਦਾ ਪੁੱਤਰ ਕੌਣ ਹੈ? ਕਰੀਮ ਵੀ ਮੇਰਾ ਨਾਂ ਤੇ ਮੇਰੇ ਪਿਓ ਦਾ ਨਾਂ ਵੀ ਇਮਤਿਆਜ਼ ਹੈ, ਤੇ ਅੱਗੋਂ ਨਹੀਂ ਪਤਾ ਕੀ ਕਹਿੰਦੇ ਹੋ। ਲੂਲਾ ਯਾਰ, ਲੂਲਾ। ਅੱਛਾ ਉਹ ਲੂਲਾ ਬੰਦੇ ਕੋਲ ਕਨਵੇਂਸ ਨਾ ਵੀ ਹੋਵੇ ਘਰ ਪਹੁੰਚ ਜਾਂਦਾ। ਮੈਂ ਅੰਬ ਚੁੱਪਣ ਲਈ ਗਈ, ਬਾਗ ਵਿੱਚ ਫੜੀ ਗਈ, ਤੁਹਾਡੀ ਭੈਣ ਨੂੰ ਅੰਬ ਚੁੱਪਣ ਦਾ ਸ਼ੌਕ ਕਰ ਲਿਆ ਕਹਿ ਦਿਓ। ਮੰਜੀ ਵਿੱਚ ਦਰਖਤ ਪੇਰਦਾ, ਛੁਰੀ ਉੱਪਰ ਪੜਾ ਹੈ ਨਾ? ਗੱਲ ਛੋੜ, ਗੱਲ ਛੋੜ। ਜਿੱਥੇ ਬੱਚਾ ਪੈਦਾ ਹੋਵੇ ਉੱਥੇ ਉਹਦਾ ਨਾਂ ਰੱਖ ਦਿੰਦੇ। ਬੱਚਾ ਦਰਿਆ ਦੇ ਪੈਦਾ ਹੋਇਆ ਨਾਂ ਰੱਖ ਦਿੰਦੇ ਦਰਿਆ ਖਾਨ। ਸਮੁੰਦਰ ਤੇ ਪੈਦਾ ਹੋਇਆ ਨਾ ਸਮੁੰਦਰ ਖਾਨ। ਅੱਛਾ ਬੱਸ 'ਚ ਪੈਦਾ ਹੋਇਆ ਨਿਊ ਖਾਨ। ਤੇ ਤੁਸੀਂ ਵੀ ਤੇ ਇਸੇ ਤਰ੍ਹਾਂ ਦੇ ਨਾਂ ਰੱਖ ਦਿਓ। ਬੱਚਾ ਦਰਖਤ ਵਾਲੇ ਜੰਮਿਆ ਮੁਹੰਮਦ ਬੂਟਾ। ਛੱਤ ਤੋਂ ਡਿੱਗ ਕੇ ਬਚ ਗਿਆ ਤੇ ਅੱਲਾ ਦਿੱਤਾ। ਘਰ ਪੀਰਾ 15 ਦਿਨ ਰਹਿ ਕੇ ਚਲਾ ਗਿਆ, ਬਾਅਦ 'ਚ ਬੱਚੇ ਦਾ ਨਾਂ ਰੱਖਦਾ ਪੀਰਾ ਦਿੱਤਾ। ਇਹ ਤਾਂ ਭੇਤੀ ਲੱਗਦਾ ਮੈਨੂੰ। ਕੋਈ ਭੇਤੀ ਗਾਸ ਹੋਵੇ
ਗੱਲ ਕੀ ਹੈ ਅਸਲ ਚ ਗੱਲ ਇਹ ਵੇ ਕਰੀਮ ਆ ਇਹ ਇਹ ਜਿਹੜੀ ਤੇਰੀ ਜਗ੍ਹਾ ਹੈ ਸਾਰੀ ਹਾਂ ਇੱਥੋਂ ਔਰੇਂਜ ਟ੍ਰੇਨ ਲੰਘ ਰਹੀ ਔਰੇਂਜ ਟ੍ਰੇਨ ਗਵਰਨਮੈਂਟ ਪੂਰਾ ਪੂਰਾ ਪੈਸਾ ਦੇ ਰਿਹਾ ਬਲਕਿ ਵੱਧ ਵੱਧ ਪੈਸਾ ਦੇ ਰਿਹਾ ਤੇਰਾ ਜਗ੍ਹਾ ਔਰੇਂਜ ਟ੍ਰੇਨ ਦੇ ਵਿੱਚ ਆ ਗਿਆ ਤੇ ਤੂੰ ਪੈਸਾ ਮੂੰਹ ਮੰਗ ਅਸੀਂ ਤੈਨੂੰ ਪੈਸਾ ਦੇਣਾ ਇੱਥੋਂ ਔਰੇਂਜ ਟ੍ਰੇਨ ਲੰਘੇਗਾ ਮੈਂ ਜਗ੍ਹਾ ਨਹੀਂ ਵੇਚ ਸਕਦਾ ਖਾਨ ਸਾਹਿਬ ਸੌਰੀ ਥੋੜ੍ਹੀ ਜਿਹੀ ਵੇਚ ਦੇ ਤੇਰਾ ਮੇਰਾ ਥੋੜ੍ਹੀ ਜਿਹੀ ਜਗ੍ਹਾ ਤੇ ਮੇਰੇ ਪੁੱਤਰ ਰਹਿੰਦੇ ਨੇ ਜਵਾਨ ਮੇਰੀਆਂ ਨੋਵਾਂ ਨੇ ਤੇ ਵਿੱਚ ਉਹ ਵੀ ਵੇਚ ਦੇ ਨਾ ਕਰੀਮ ਉਹਨਾਂ ਪੁੱਤਰਾਂ ਦਾ ਸੋਚਣ ਦੇ ਜਿਨ੍ਹਾਂ ਨੇ ਤੇਰੀ ਮੰਜੀ ਬਾਹਰ ਕੱਢਦੀ ਹੈ ਦੱਸ ਉਹ ਵੇਚ ਦੇ ਤੂੰ ਵੈਸੇ ਪੁੱਤਰ ਤਾਂ ਮੇਰੇ ਇਸ ਕਾਬਲ ਹੀ ਆ ਕਿ ਜਗ੍ਹਾ ਵੇਚ ਕੇ ਮੈਂ ਉਹਨੂੰ ਇੱਥੋਂ ਬਾਹਰ ਕੱਢਾਂ ਉਹਨਾਂ ਨੂੰ ਠੀਕ ਹੈ ਤੈਨੂੰ ਕਰੋੜਾਂ ਰੁਪਇਆ ਮਿਲ ਜਾਏਗਾ ਇੱਥੇ ਔਰੇਂਜ ਟ੍ਰੇਨ ਦਾ ਨਗਾਰ ਹੈ ਹਾਂਜੀ ਔਰੇਂਜ ਟ੍ਰੇਨ ਵੇਚੇ ਕਿ ਕਿੰਨੇ ਗੱਲ ਕਰਦੇ ਹੋ ਭਾਈ ਓਏ ਹੈਲੋ ਉਹ ਕੌਣ ਹੈ ਤੁਸੀਂ ਉਹ ਲੈ ਲੈ ਮੰਨਣ ਵਾਲੀ ਮਸ਼ੀਨ दस की लै मेरा भाई है अच्छा तेरा भाई साडा भी अपना फैमिली जेड़ा तेरा मसला वो हल कर ले मैं पैसा लेके आना कुकी मार के साइन करने तुसी पैसा ही पैसा कागज बना के लिया मैं फैसला मान लिया तुहाडा ठीक हो गया असीं नहीं वेचण देना अपना तंबाकू दे रसे गल वेखे तेरा प्यो चंगा वेच सुनाओ भाई सुनाओ भाई बोतला खोला बीमार हो गया मैं डॉक्टर को गया अच्छा उन्हें मेन गोली देता कहना दूध ने खा के तो शांति नाल सो जा फिर मैं शांति नाल चला गया फिर शांति चोर लगना सियासतदान तो नहीं है जूस पे मेरा खून बना दस के टुरिया कर जोसेफ
सीधा ही सेक आया तो मैं पता लगा कोई बंदा रलिया। ऐसा हुसन असि हमेशा हुसन से पैसा बर्बाद किया हुसन दे के असि पैसे नु समझे ही कुछ नहीं सच्ची हुसन दे के पैसा की मैं गिन के सुटे चार अच्छा काली जसी तो तीन चौथा अपने आप नू कह गया यार कालू दी मैं दीवानी कह नहीं लगी कालू ए दिल भर मेरा कालू दी मैं दीवानी इन्ने अंग्रेजी फिल्मां वेख लईआं जे मैडम मैनू ना सुनाओ इहदे कोल पैसा कोई नहीं है इत्थों ना काला हैगा तुहाडे ज़ेहन च हबशी है इन लै ए हबशी नी कच्छ है हाय हाय बल्कि ओहदे च भी दवाई लाउण वाली लोकी लोकी मैच में दे ए कच्छा में दे दूध बन जावांगी मलाई बन जावांगी इहदा मतलब सानू सिर्फ चीनी लियाउणी पैणी रात होएगी उधर तूफानी फिर कोई माहौल बनेगा इधर पहले ही रात पई हुई है ओनू तो गाने आते तेनू की आता मेनू थोक आंदा सुटा गाना सुना मटियारे कोई चंगा जिहा अज रेशमा साहिबा दी बरसी भी है गड़वी गाना सुनाओ कोई चंगा जिहा केड़ा सुननी पुराना दौर हुंदा सी हां ते गाने वधिया आंदे सी हां आयो रब्बा नहीं लगदा दिल मेरा हूं तो गाने आते ने अखी अमला वांगी तो की दवेगा भी तू अखी अमला जो तू फीक हो अगला दे देगा सीने ठंड पावगी तो की दवेगा एडा तू फलूदा ला है दुध प्यार वाला पी लावे हूँ गाने नहीं सही हूँ प्यार वाले पीने पहले बाकी तो कैमिकल वाला होंगे कितना बेचैन होके तुमसे मिला पता नहीं किवें दुनिया गल दी शाही किले गया शाही किले टिकट नहीं लै रहा कहता मुगल ਉਹ ਫਿਰ ਮੈਨੇਜਰ ਨੇ ਆ ਕੇ ਕਿਹਾ ਵੀ ਤੂੰ ਮੁਗਲਾਂ ਦਾ ਮੁੰਡਾ ਨਹੀਂ ਤੂੰ ਮਾਸੀ ਸ਼ੁਗਲਾਂ ਦਾ ਮੁੰਡਾ ਉਹ ਤਰਵਾਰਾਂ ਵਾਲੇ ਮੁਗਲ ਤੁਸੀਂ ਫਰਨੀਚਰ ਵਾਲੇ ਮੁਗਲ ਕਿਉਂ ਨਹੀਂ ਕੱਲ ਨੂੰ ਸਾਲਾ ਇਹਨੂੰ ਨਕਸ਼ਾ ਲੈ ਇਹ ਨਹੀਂ ਪੁੱਛਦਾ ਕਿੱਥੇ ਜਾਣਾ ਹੈ ਅੰਦਾਜ਼ ਨਹੀਂ ਹੋਣਾ ਬਾ ਲਾਉਂ ਦਾ ਜਾਵੇ ਯਾਰ ਤੇਰਾ ਕੀ ਮਸਲਾ ਹੈ ਐਸੋ ਮੈਂ ਪੈਸੇ ਦਿਓ ਮੈਂ ਪੈਸੇ ਨਾ ਮੋਬਾਈਲ ਤੇ ਗੱਲ ਗਾਣਾ ਨਾ ਅੱਛਾ ਗਾਇਆ ਮੈਂ ਪੈਸੇ ਵਾਪਸ ਲੈ ਲਾਂ ਪੈਸੇ ਦੇ ਮੈਡਮ ਸਦਕਾ दो महीने मेनू सिरियां खवाईयां मैं कदी पावे भी खवा
ਕਹਿੰਦਾ ਪਾਵੇ ਕੋਈ ਸੁਣਦਾ ਹੀ ਨਹੀਂ ਬਲਕਿ ਮੋਟਰ ਚਲਾਉਣ ਦੀ ਲੋੜ ਹੀ ਨਹੀਂ ਟੈਂਕੀ ਬੜੀ ਤੇਜ਼ਾਬ ਦੀ ਉਹਦੇ ਨਾਲ ਲਾ ਮੈਡਮ ਗਾਣਾ ਸੁਣਾਓ ਜੀ ਗਾਣਾ ਸੁਣ ਲੈ ਚੱਲ ਫਿਰ ਕਿਹੜਾ ਗਾਣਾ ਸੁਣਾਵਾਂ ਕੋਈ ਆਪਣੀ ਗਾਣਾ ਜਦੋਂ ਸੋਵਾ ਮਾਹੀ ਦੇ ਨੇੜੇ ਹੋਵਾਂ ਇਹ ਸਾਡੇ ਮਾਹੀ ਕਿੱਥੋਂ ਫੜਨ ਦੇਈ ਆ ਇਹ ਉਹਦੇ ਵਿੱਚ ਆਉਂਦਾ ਹੈ ਮੰਜੇ ਦੇ ਵਿੱਚ ਡੰਗ ਫੇਰ ਸਾਨੂੰ ਕੀ ਫਾਇਦਾ ਸਾਡਾ ਤੇ ਬਿਸਤਰਾ ਹੀ ਥੱਲੇ ਹੁੰਦਾ ਫਿਰ ਉਹਨੇ ਡੰਗ ਫਿਰ ਗਿਆ ਤਾਂ ਥੋੜਾ ਜਿਹਾ ਪਿੱਛੇ ਹੋ ਜਾ ਜੇਬ ਨਾ ਕੱਟ ਲੈ ਉਹਦੇ ਨੇੜੇ ਹੁੰਦੀ ਬਾਰ ਬਾਰ ਉਹਦੇ ਆਪਣੇ ਤੇਰੇ ਕੱਪੜੇ ਟੁੱਕ ਦੇਗਾ ਸਾਨੂੰ ਵੀ ਦਿਲੋਂ ਲਾ ਰਹੇ ਮੈਨੂੰ ਚਲੋ ਫਿਰ ਗਾਣਾ ਸੁਣੋ ਲੰਮਿਆ ਪੈਸੇ ਦੇ ਪੈਸੇ ਲੰਮਾ ਕਿਨੂੰ ਕੀ ਆਈ ਤੈਨੂੰ ਕੀ ਆਈ ਨੋ ਪ੍ਰੋਬਲਮ ਵੇ ਆਪਣਾ ਕੱਟ ਵੇਖ ਤੇ 100 ਦਾ ਨੋਟ ਹੈ ਸ਼ਾਇਦ ਜੋ ਅਜੇ 90 ਵਾਪਸ ਲੈਣੇ ਆ ਨਹੀਂ ਤੁਹਾਡਾ ਮਤਲਬ ਹੈ 100 ਦਾ ਨੋਟ ਹੁਣ ਮੈਂ 5 ਫੁੱਟ ਦਾ ਛਪਵਾਵਾਂ ਨਹੀਂ ਇਹ ਜਿਹੜਾ 1000 ਦਾ ਇਹ ਦੇ ਇਹ ਇਹ ਗੱਲ ਹੋਈ ਨਾ ਅੱਗੇ ਤੋਂ ਆਗਣਾ ਤੁਹਾਨੂੰ ਵੱਡਾ ਨੋਟ ਦੇਵਾਂਗਾ 900 ਬਕਾਇਆ ਦਿਓ ਹੋਰ ਪਾਓ ਯਾਰ ਅੱਲਾ ਦੇ ਬੰਦੇ ਪਰਾਂ ਚਲਾ ਜਾ ਯਾਦ ਰਿਹਾ ਇੱਥੇ ਮੇਰੇ ਕੋਲ ਖਲੋਤਾ ਸਾਹ ਲਈ ਭੋ ਭੋ ਤੇਰੇ ਮੂੰਹ 'ਚ ਕੁਆਬਾਂ ਦਾ ਪੱਖਾ ਲੱਗਾ ਹੋਇਆ ਮੈਂ ਤੇਰੇ ਸਾਰੇ ਦੇ ਉਹ ਸਾਰੇ ਦੇ ਤੇ ਅੰਦਰ ਬਿਸਤਰਾ ਲਾ ਓਏ ਏ ਹੈਲੋ ਜੀ ਥੈਂਕ ਯੂ ਐਂਡ ਏ ਹੈਲੋ ਥੈਂਕ ਯੂ ਐਂਡ ਖੁਦਾ ਹਾਫਿਸ ਨਹੀਂ ਇਹ ਇਹ ਕਿੱਥੇ ਜਾਣੇ ਤੂੰ ਪੈਸਾ ਤਾਂ ਬੜਾ ਸੀ ਸਾਡੇ ਕੋਲ ਕਿੱਥੇ ਜਾਣੇ ਪੰਜ ਮੱਲੇ ਦਾ ਲਿਆ ਪਲਾਟ ਸੀ ਰਾਵੀ ਦੇ ਕਿਨਾਰੇ ਹਾਂ ਉਹ ਸਲਾਬ ਆਇਆ ਸਾਡਾ ਪਲਾਟ ਤੁਰੜ ਗਿਆ ਥੱਲੇ ਕਿਸੇ ਹੋਰ ਦਾ ਮਿਲ ਆਇਆ ਮੈਂ ਕਿਹਾ ਬਾਲੀ ਪੋਸਟ ਗਈ ਇਹ ਬਸ ਵੇਖਣ ਨੂੰ ਗਏ ਨੇ ਸਵੇਰੇ ਲਿਜਾਣੀ ਹੈ ਜਨਾਜ਼ੇ ਨੂੰ ਮੋਢਾ ਦਿੱਤਾ ਮੋਢਾ ਤੇ ਮੈਂ ਦੇ ਬੈਠਾ ਅੱਗੋਂ ਮੇਰੇ ਕੋਲ ਫੜੇ ਕੋਈ ਨਾ ਮੈਂ ਬਥੇਰਾ ਕਿਹਾ ਕਲਮਾ ਸ਼ਹਾਦਤ ਨਾ ਫੜੇ ਕੋਈ ਅਖੀਰ ਮੈਂ ਜਨਾਜ਼ਾ ਰੱਖ ਕੇ ਕਿਹਾ ਯਾਰ ਇਹਨੂੰ ਮੈਂ ਮਾਰਿਆ ਮੈਂ ਬਹੁਤ ਦੁਖੀ ਮੈਂ ਜ਼ਿੰਦਗੀ 'ਚ ਜਿਹੜਾ ਵੀ ਕੰਮ ਕੀਤਾ ਜ਼ਲੀਲ ਹੋਇਆ ਕਿਉਂ ਜ਼ਿੰਦਗੀ 'ਚ ਮੈਂ ਪਹਿਲੀ ਵਾਰੀ 50,000 ਰੁਪਏ ਦੀ ਕਮੇਟੀ ਇਕੱਠੀ ਕੀਤੀ ਇੱਕ ਖੋਤਾ ਰੇੜੀ ਬਣਾਈ ਉੱਤੇ ਮਿੱਟੀ ਦਾ ਤੇਲ ਰੱਖ ਕੇ ਵੇਚਣ ਨਿਕਲਿਆ ਇੱਕ ਮਾਈ ਕਹਿੰਦੀ ਵੇ ਕਾਕਾ ਤੇਰਾ ਤੇਲ 2 ਨੰਬਰ ਤੇ ਨਹੀਂ ਮੈਂ ਕਿਹਾ ਮਾਈ ਪਹਿਲੇ ਚੈੱਕ ਕਰ ਫੇਰ ਲਈ ਬਸ ਉਹਨੇ ਤੀਲੀ ਬਾਲ ਕੇ ਸੁੱਟੀ ਹੈ ਨਾ ਖੋਤੀ ਲੱਭੇ ਨਾ ਰੇੜੀ ਲੱਭੇ ਅੱਗੋਂ ਜਿਹਦੀ ਖੋਤੀ ਸੀ ਉਹਨੇ ਮੇਰੇ ਤੇ ਚੋਰੀ ਦਾ ਪਰਚਾ ਦੇ ਕੇ ਮੈਨੂੰ ਚੁੱਕ ਕੇ ਸੁੱਟ ਦਿੱਤਾ ਥਾਣੇ ਮੈਂ ਥਾਣੇ ਪਹੁੰਚਿਆ ਉੱਥੇ ਨਾ ਕੋਈ ਬੰਦਾ ਤੇ ਨਾ ਕੋਈ ਪਰਿੰਦਾ ਫੇਰ ਸਪਾਈ ਸਪਾਈ ਇੱਕ ਸਪਾਈ ਸਾਹਿਬ ਕਿਤੇ ਚਾਹ ਪੇ ਪੀਣ ਮੈਨੂੰ ਕਹਿੰਦਾ ਚਾਹ ਪੀਣੀ ਮੈਂ ਕਿਹਾ ਜੀ ਪੀ ਲਾਂਗੇ ਕਹਿੰਦਾ ਇੱਥੇ ਭੈਣ ਵੇ ਆਈ ਇਹਨੂੰ ਲੰਮਾ ਪਾਓ ਇਹ ਜੁੱਤੀਆਂ ਖਾ ਕੇ ਮੈਂ ਸਿੱਧਾ ਹੋਇਆ ਸਾਹਮਣੇ ਇੱਕ ਸਪਾਈ ਸਾਹਿਬ ਬੋਤਲ ਪੇ ਪੀਣ ਮੈਨੂੰ ਕਹਿੰਦਾ ਬੋਤਲ ਪੀਣੀ ਹੂੰ ਮੈਂ ਸੋਚਿਆ ਪਹਿਲੇ ਹਾਂ ਕੀਤੀ ਸੀ ਤੇ ਪਈਆਂ ਸੀ ਮੈਂ ਕਿਹਾ ਜੀ ਮੈਂ ਕੋਈ ਨੀ ਪੀਣੀ ਸਪਾਈ ਕਹਿੰਦਾ ਸਾਨੂੰ ਨਾ ਕੀਤੀ ਤੇਰੀ ਭੈਣ ਨੂੰ ਪਾਓ ਲੰਮਾ ਇਹ ਦੁਬਾਰਾ ਜੁੱਤੀਆਂ ਖਾ ਕੇ ਜੇ ਮੈਂ ਸਿੱਧਾ ਹੀ ਹੋਇਆ ਸਾਹਮਣੇ ਐਸ ਐਚ ਓ ਸਾਹਿਬ ਕੜਾਈ ਗੋਸ਼ਤ ਪੇ ਖਾਣ ਮੈਂ ਡਰਦਾ ਵੇਖਾਂ ਨਾ ਕਿਤੇ ਪੁੱਛ ਨਾ ਲੈਣ ਅਖੀਰ ਕਹਿੰਦਾ ਕਾਕਾ ਨਿੱਕਿਆ ਰੋਟੀ ਖਾਣੀ ਮੈਂ ਸੋਚਿਆ ਹਾਂ ਕੀਤੀ ਤਾਂ ਪੈਣੀ ਹੈ ਨਾ ਕੀਤੀ ਤਾਂ ਪੈਣੀ ਹੈ ਮੈਂ ਚਲਾਕੀ ਕੀਤੀ ਮੈਂ ਬੋਲਿਆ ਹੀ ਨਹੀਂ ਮੈਨੂੰ ਐਸ ਐਚ ਓ ਸਾਹਿਬ ਕਹਿੰਦੇ ਉਹ ਸਾਡੇ ਮੂੰਹ ਨੂੰ ਕੁੱਤਾ ਭਜਾ ਤੇਰੀ ਭੈਣ ਨੂੰ ਪਾਓ ਲੰਮਾ ਮੈਂ ਬਹੁਤ ਦੁਖੀ ਹੈ ਨਾ ਦੁੱਖ ਕਰ ਤੂੰ ਗਾਣਾ ਸੁਣਾ ਜਾਂ ਸੁਣ
आ तुसी गाना सुनाओ भाई। मैं सुनावा? हां ओ गाओ। ओ पिया तुन बस करते जगा हो गई सुन, एडी वधिया पट्टी ते आडी साडा भी सिट्टा पुन। ऐनी सही नहीं ए क्या बोलती तू? ए क्या मैं बोलूं? सुन सुना साडी बैठक च आ। क्या करो तेरी बैठक च आ? बैठेंगे चाचे पिएंगे बात हुई तो ठीक है नहीं तो why not। तैनू मैं दसिया शोखे आ तू एडा शोखा रहंदा किधर ठहरे? बार कुल्फी खा रहे ठंडी लगी ओनू भूलन लग पे। मेरे तो नवी गल बना ली नहीं सही है कुल्फी ते पुने लेकिन चलो ठीक हो गया कोई उधर बूं कर चल खैर हो जांदा। सस्ते इलाके दा काउंसलर लग रहे हैं नहीं हो एक पठान समंदर च डुब रहा डुबदे डुबदे हाथ च मच्छी आई मच्छी नु बाहर छोड़ के कहदा तुम तो बचो मेरा अल्लाह वारिस है। वो मच्छी बाहर मर गई आप अंदर मर गए। चलो कोई नहीं वो जानता है अपना चौधरी। हाँ जी चौधरी साहब गाल लेके तू साड़ी गाल में पै गया वो इस करके मैं पिया वहां के ओदे पुत्र को ताडलन उन्नी भी ना करन बस ठीक मारा आदमी है गया ते जे ओदी जगह आ गई है चंगी जगह ते मेरा काम मेनू पैसे दवाना। भाजी तुसी अपना शुजाबाद वाले इलाके च काउंसलर ते नहीं? की बकवास है मैं उधर कभी गया ही नहीं भाई जी। एहो जे बंदे हुंदे ताडे अरगे उधर पढ़ा ले तेरे कोई ज्यादती नहीं होंगी। बंदे ना अपनी धी दे विआह ते रोंदे नहीं उल्टा मेहमानां नूं कहदे एक्सक्यूज मी मेरा डांस तो देखो। बदमाश ना घर के बूहे अगे बह के रोड दे जिहड़ी तू घुग्गी मार के चूहे दत्त जम्मे ने। एक पठान के घर पुत्र पैदा होया मैं कहा खानसा मुबारक हो पुत्र होया कहता हमारी बीवी को मत बताना उसको सरप्राइज देगा। जो काम नहीं करवा तो मैं ही करवाना घोगी मार तू कबूतर मारता है यार चलनी नी दे चुमिया लैन डे तेरी
ਉਹ ਸਰਦੀਆਂ ਵਾਲਾ ਚਲ 5 ਕਰੋੜ ਪੂਰਾ ਨਾ ਬਤਾਏ 5 ਕਰੋੜ ਆਪਣਾ ਮੰਜੀ ਦਾ ਤੋਲ ਕੇ ਵੇਖ ਲੈ ਮੰਜੀ ਵੜਨ ਵਾਲੀ ਦਾਤਰੀ ਜੀ ਹੁਣ ਅਸੀਂ ਪੈਸਾ ਦੇ ਦਿੱਤਾ ਤੁਸੀਂ ਇਹ ਘਰ ਛੱਡ ਰਹੇ ਆਪਣਾ ਪੰਗ ਬਿਸਤਰਾ ਚੁੱਕੋ ਤੇ ਇੱਥੋਂ ਨਿਕਲੋ ਅਗਰ ਤੇਰੇ ਕੋਲ ਰਹਿਸ਼ ਤਾਂ ਜਗ੍ਹਾ ਨਾ ਹੋਵੇ ਤੇ ਮੈਂ ਤੇਰਾ ਮੁੰਤਜ਼ਰ ਆ ਹਾਂ ਆ ਚੱਲ चपेड़ मारी नहीं चल जा पंजाब बकाया रह गए हां मैं भी जिंदगी कह सकता कि मैं कुटिया चल पुत्र चलिए लो आजा पापा जी दो करोड़ तो का ये कौन है मुंडे देखे कि किस किस्म का तेरा बकरी दे चोए थाना लगा मुंह ਤੁਸੀਂ ਇਹਦੀ ਗੱਲ ਨਾ ਮੰਨਣਾ ਇਹਨੇ ਕਿਹੜਾ ਦੱਸਿਆ ਸੱਜਾ ਕਿ ਖੱਬਾ ਉਸ ਬੱਕਰੀ ਦਾ ਇੱਕ ਹੀ ਸੀ ਚਲੋ ਚੱਲ 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 ਪਾਪਾ ਕਿਹੜਾ ਪਾਪਾ ਕਾਕਾ ਮੈਂ ਤੁਹਾਨੂੰ ਜਾਣਦਾ ਨਹੀਂ ਪਾਪਾ ਅਬੂ ਜੀ ਪੁੱਤਰ ਮੈਂ ਨਹੀਂ ਤੁਹਾਡਾ ਅਬੂ ਇਹ ਪੈਸਾ ਤੁਹਾਡਾ ਅਬੂ ਏ ਕਿਉਂਕਿ ਤੁਹਾਡਾ ਦੀਨ ਇਮਾਨ ਪੈਸਾ ਹੁੰਦਾ ਏ ਓਏ ਤੁਸੀਂ ਪੁੱਤਰ ਹੋ ਗਏ ਕਿਉਂ ਭੁੱਲ ਜਾਂਦੇ ਹੋ ਕਿ ਇੱਕ ਪਿਓ ਆਪਣੇ 8 ਪੁੱਤਰ ਪਾਲ ਕੇ ਜਵਾਨ ਕਰ ਸਕਦਾ ਤੇ ਉਹ ਹੀ 8 ਪੁੱਤਰ ਇੱਕ ਪਿਓ ਨੂੰ ਕਿਉਂ ਨਹੀਂ ਪਾਲ ਸਕਦੇ ਕਿਉਂ ਨਹੀਂ ਪਾਲ ਸਕਦੇ ਤੁਸੀਂ ਮੇਰੇ ਪੁੱਤਰ ਨਹੀਂ ਇਹ ਮੇਰਾ ਪੁੱਤਰ ਏ ਅਮੀ ਨੂੰ ਪੁੱਛਿਆ ਨਾ ਉਹ ਖਾਲ ਲਿਆ ਹੁਣੇ ਮੈਨੂੰ ਲੱਗਾ ਜਿਵੇਂ ਪਾਕਿਸਤਾਨ ਸੁਧਰਨ ਲੱਗਾ ਫਿਰ ਉੱਥੇ ਹੀ ਆ ਗਏ ਆ ਤੂੰ ਤੁਸੀਂ ਨਹੀਂ ਸੁਧਰ ਸਕਦੇ ਨਹੀਂ ਤੂੰ ਜੋ ਜਿੱਥੇ ਕਹੇਗਾ ਪੈਸੇ ਖਰਚਾਂਗੇ ਚਾਚਾ ਇਹ ਤੇਰੀ ਅਮਾਨਤ ਹੈ ਤੇਰੇ ਪੈਸੇ ਨੇ ਮਿਹਰਬਾਨੀ ਮੈਂ ਬਦਮਾਸ਼ ਜ਼ਰੂਰ ਹਾਂ ਬੇਈਮਾਨ ਨਹੀਂ ਗਾ ਇਹ ਸਾਰੇ ਤੇਰੇ ਨੇ ਤੇ ਬਸ ਤੂੰ ਮੈਨੂੰ ਪਾਈਆ ਬਰਫੀ ਲੈ ਲੈਣੀ ਹੈ ਇਹਨਾਂ ਨੂੰ 100-100 ਰੁਪਇਆ ਦੇ ਇਹਨਾਂ ਕੋ ਆਪਣੀਆਂ ਜਨਾਨੀਆਂ ਲੈ ਕੇ ਨਾ ਚਿੰਕਜੀ ਦੇ ਪਿੱਛੇ ਲਮਾ ਕੇ ਆਉਂ ਠੀਕ ਹੈ ਜਾ ਠੀਕ ਹੈ ਆਹੋ 100 ਕਾ 200-100 ਕਾ ਯਾਰ ਤੂੰ ਸਾਡੇ ਇਧਰ ਆ ਐ ਫੜ 100 ਤੂੰ ਤੇ 100 ਤੂੰ ਇਹ ਕੀ ਤੇਰੀ ਮਸ਼ੀਨ ਚੋਂ ਇੰਜ ਨੋਟ ਨਿਕਲਦੇ ਨੇ ਤੇ ਕੋਈ ਨਹੀਂ ਅਸੀਂ ਦੋਵੇਂ ਭਰਾ ਇਕੱਠੇ ਹੀ ਆ ਚੱਲ ਜਾਏਗਾ ਚਲੋ ਚਲੋ ਨਿਕਲੋ ਬਾਹਰ ਭਾਈ ਜੀ ਯਾਰ ਮੇਰਾ ਪਤਾ ਕਰ ਜਾ ਕੇ ਬਿਨ ਜਾਣ ਦੇ ਕਿਧਰੇ ਦੂਰ ਭਾਈ ਜੀ ਭਾਬੀ ਕਿੱਥੇ ਅੰਦਰ ਹੈ ਬਾਹਰ ਨਹੀਂ ਆ ਰਹੀ ਕਿਉਂ ਭਲਾ ਕਿਉਂ ਉਹਦੀ ਸਲਵਾਰ ਤੁਸੀਂ ਭਾਈ ਤੈਨੂੰ ਪਤਾ ਹੈ ਸਲਵਾਰ ਦਾ ਕੀ ਫਾਇਦਾ ਹੈ ਕੀ ਫਾਇਦਾ ਭਾਈ ਇਹ ਖਾਲੀ ਪਾ ਕੇ ਤੁਸੀਂ ਨਹਿਰੋ ਨਹਿਰ ਵੀ ਆ ਸਕਦੇ ਭਾਈ ਇੱਕ ਸਵਾਲ ਹੈ ਮੇਰੇ ਦਿਮਾਗ 'ਚ ਅੱਲਾ ਦੇ ਨਾਮ ਦਾ ਹਾਂਜੀ ਤੁਸੀਂ ਕਦੀ ਪਿੰਡਾਂ ਦੇ ਵਿੱਚ ਗਏ ਹੋਵੋ ਨਹੀਂ ਗਿਆ ਓਏ ਅਸੀਂ ਪਿੰਡ ਦੇ ਰਹਿਣ ਵਾਲੇ ਆ ਉੱਥੇ ਬੱਕਰੀਆਂ ਦੇ ਨਿੱਕੇ ਨਿੱਕੇ ਮੇਮੇ ਹੁੰਦੇ ਨੇ ਮੈਂ ਉਹ ਬੱਚੇ ਮੇਮੇ ਚੁੱਕ ਲੈ ਦੇ ਖਿਡਾਉਂਦੇ ਨੇ ਉਹ ਮੇਮੇ ਦੀ ਨਿੱਕੀ ਜੀ ਪੂਛ ਹੁੰਦੀ ਹੈ ਨਹੀਂ 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 ਉਸ ਪੂਛ ਵਰਗਾ ਤੁਹਾਡਾ ਮੂੰਹ ਨਹੀਂ ਤੇ ਫਿਰ ਦੱਸ ਦੇ ਕਿਹੋ ਜਿਹਾ ਉਹ ਜਿਹੜੀ ਨਾਲ ਇੱਕ ਮੇਂਗਣ ਨਹੀਂ ਲਮਕਰੀ ਹੁੰਦੀ ਹੈ ਕਿਹਨੂੰ ਕੀ ਭਾਈ ਜੀ ਵੈਸੇ ਹੀ ਕਿਹਾ ਅੱਛਾ ਮੈਨੂੰ ਇਸ ਲੱਗਿਆ ਮੈਨੂੰ ਕੀ ਹੈ ਕਦੀ ਤੁਸੀਂ ਜੀਟੀ ਰੋਡ ਤੇ ਜਾਓ ਮੰਜੀ ਹੋਟਲ ਆਉਂਦੇ ਨੇ ਹਾਂ ਮੀਆਂ ਚੰਨ ਜਾਓ ਤੇ ਫਿਰ ਆਉਂਦੇ ਨੇ ਤੁਸੀਂ ਉੱਥੇ ਮੰਜੀ ਤੇ ਲੰਮੇ ਪੈ ਕੇ ਓਏ ਆਫਸਰ ਚਾਹ ਲਿਆ ਓ ਯੈਸ ਤੇ ਉਹ ਇੱਕ ਨਿੱਕੀ ਜੀ ਚੈਨਕ ਤੇ ਨਾਲ ਲੈ ਕੇ ਜੇ 2 ਕੱਪ ਹਾਂ ਉਹ ਜਿੱਥੋਂ ਚੈਨਕ ਫੜੀ ਦੀ ਹੈ ਨਾ ਤੇ ਅੱਗੋਂ ਜਿੱਥੋਂ ਚਾਹ ਨਿਕਲਦੀ ਹੈ ਇੰਜ ਜਿਹੜੀ ਹੁੰਦੀ ਹੈ ਇੰਜ ਉਹ ਅੱਗੇ ਜਿਹੜੀ ਹੁੰਦੀ ਨਾ ਜਿੱਥੋਂ ਚਾਹ ਨਿਕਲਦੀ ਹੈ ਉਧਰ ਦਾ ਤੁਹਾਡਾ ਮੂੰਹ ਨਹੀਂ ਨਹੀਂ ਤੇ ਫੇਰ ਕੀ ਦੇਰ ਗਿਆ ਉਹ ਜਿਹੜੀ ਅੱਗੇ ਕਾਗਜ਼ ਦੀ ਬਣਾ ਕੇ ਚੁੰਝ ਨਹੀਂ ਦਿੰਦੇ ਚਾਹ ਠੰਡੀ ਨਾ ਹੋਵੇ ਇਹਦੇ ਤੇਰਾ ਕੋਈ ਕਸੂਰ ਨਹੀਂ ਮਾਰਾ ਤੂੰ ਮੈਨੂੰ ਬੁਲਾ ਕੇ ਮਾਰਿਆ ਕਦੀ ਤੁਸੀਂ ਮੋਚੀ ਦੀ ਦੁਕਾਨ ਤੇ ਗਏ ਹੋ ਨਹੀਂ ਜੁੱਤੀ ਨਹੀਂ ਕਦੀ ਕੰਡਾਈ ਮੇਰਾ ਚਾਚਾ ਮੋਚੀ ਹੈਗਾ ਉੱਥੇ ਤਲੰਬੇ ਜੋ ਮੋਚੀ ਜਦੋਂ ਬੈਠੇ ਹੁੰਦੇ ਉਹਨੇ ਅੱਗੇ ਲੋਹੇ ਦਾ ਰੱਖਿਆ ਹੁੰਦਾ ਹੈ 3 ਮੂੰਹ ਵਾਲਾ ਉਹ ਜਿਹਦੇ ਉੱਤੇ ਬੂਟ ਚੜਾ ਕੇ ਤੇ ਕੇਲ ਲਾਈਦੇ ਨੇ ਹਾਂ ਉਹਦੇ ਵਰਗਾ ਤੁਹਾਡਾ ਮੂੰਹ ਨਹੀਂ ਤੇ ਫਿਰ ਕਿਹਦੇ ਵਰਗਾ ਉਹ ਜਿਹੜੇ ਬੂਟ ਦੇ ਵਿੱਚ ਪਾ ਕੇ ਧਾਗਾ ਪਾ ਕੇ ਐ ਨਹੀਂ ਖਿੱਚਦੇ ਜੀ ਕਿਆ ਬਾਤ ਹੈ ਬਚ ਕੇ ਰਹਿਣਾ ਇਹਨਾਂ ਕੋਲ ਮਜਾ ਇਹ ਜ਼ਰਾ ਗਰਮ ਦਿਮਾਗ ਦੇ ਲੋਕ ਅੱਛਾ ਜੀ ਇਹ ਕਿਸੇ ਲੋਰੀਏ ਨੂੰ ਕਹਣਾ ਭਾਏ ਨਾ ਖੰਬੇ ਨੂੰ ਹੱਥ ਲਾਈਏ ਚ ਕਰੰਟ ਦੇ ਉਹ ਕਿਹੜਾ ਕਰੰਟ ਹੈ ਓਏ ਹੋ ਓਏ ਹੋ ਓਏ ਤੂੰ ਲੋ
ਨਾ।